तगड़ा चाचा। हाँ शेरा तगड़े हैं। आ ले ला कुर्सी ले ला भैया। और सुनाओ की हाल चाल है? वधिया वधिया ठीक है। और अपना परिवार ठीक है? हाँ बढ़िया। चाचा एक काम आया सी। हाँ दस। छोड़ दे अपना किन्ना का पड़ गया? तेरा तुरा कर गया यार कहिंदा। ते रिश्ता ही करा दे। तू कराएगा? आप दा तरह होया नहीं। मैं है चाचा वो सारे पिंड दे ना मैं मुंडे विआह ते करवा दे तू। कोई नी लैणा रिश्ता तो लैणा ही है फिर आप। हाँ हाँ कोई गल नहीं फिर मैं मार दा एक दो दिन तक गेड़ा। आ जी कोई नहीं बदगा जा रिश्ता कोई ना भाल के आऊं मैं। ठीक करूंगा चंगा चंगा ठीक करूंगा तेरी चंगा। आही घर है के घर में और भाई तेन आख्या सी ना घर बार घर बार है। घर बार तो ठीक है बंदे तकड़े लगते करो यार खास राज करूगी अपनी खास तकड़े लगते हैं। किथे अपना मुंडा फिर? बस आउंदा पानी लेके भोले पत्त तीन गिलास पानी दे लेके आई करा। होर दसो जी कोई दिक्कत नहीं हुई रास्ते च? ना ना जी नहीं। नशे पत्ते तो रहता है। जमा जमा बी जी रब की कृपा बहुत खर्चा हो गया पढ़ाई पहले ही बहार पढ़िया ना फिर कॉलेज च। अच्छा ਉੱਥੇ ਵੀ ਊਂ ਤਾਂ ਤਕਰੀਬਨ ਬਾਹਰ ਆਪਾਂ ਦੇਖਦੇ ਮੁੰਡੇ ਲੱਗ ਹੀ ਜਾਂਦੇ ਨਸ਼ੇ ਪਤੇ ਤੇ ਪਰ ਇਹੋ ਜਿਹੀ ਗੱਲ ਨਹੀਂ ਹੈ ਕੋਈ ਨਾ ਮੁੰਡਿਆਂ ਨਾਲ ਜਾਂਦਾ ਬਾਹਰ ਅੰਦਰ ਕਿਤੇ ਨਹੀਂ ਰਲਦਾ ਕਿਸੇ ਨਾਲ ਤੇ ਕੋਈ ਨਸ਼ਾ ਪਤਾ ਵੀ ਨਹੀਂ ਕਰਦਾ ਹੈ ਇਸ ਗੱਲ ਦੀ ਗਰੰਟੀ ਹੈ ਆਪਣੀ ਜ਼ਿੰਮੇਵਾਰੀ ਹੈ। ਚਲੋ ਕੀ ਪੜ੍ਹਾਈ ਕਰੀਏਗਾ ਕਹੀ ਨਹੀਂ ਬੀਏ ਕੀਤੀ ਬਹੁਤ ਖਰਚਾ ਹੋ ਗਿਆ ਇਹਦੀ ਪੜ੍ਹਾਈ ਤੇ ਤਾਂ ਸ਼ੁਰੂ ਤੋਂ ਵਧੀਆ ਕਾਲਜ ਸਕੂਲ 'ਚ ਪੜ੍ਹਾਇਆ ਆਪਾਂ ਸ਼ੁਰੂ ਤੋਂ। ਹੋਰ ਸੁਣਾਓ? ਬਹੁਤ ਠੀਕ ਹੈ ਜੀ ਤੁਸੀਂ ਦੱਸੋ ਫਿਰ ਕੋਈ ਗੱਲਬਾਤ ਜੇ ਆਪਣੇ ਕੋਈ। ਰੱਬ ਦਾ ਦਿੱਤਾ ਸਾਰਾ ਕੁਛ ਹੀ ਹੈ ਜੀ ਆਪਾਂ ਤਾਂ ਦੇਖੋ ਮੰਗਦਾ ਕੋਈ ਹੈ ਨਹੀਂ ਬਾਕੀ ਅਗਲੇ ਨੇ ਆਪਦੀ ਧੀ ਨੂੰ ਦੇਣਾ ਕੌਣ ਆਪਦੀ ਧੀ ਨੂੰ ਕੇ ਰੱਖਦਾ। ਹਾਂ ਕਿੰਨੀ ਜ਼ਮੀਨ ਹੈ ਕਾਕਾ ਜੀ ਨੂੰ ਕਿੰਨੀ ਜ਼ਮੀਨ ਆਉਂਦੀ ਹੈ ਜੀ? 10 ਕਿੱਲੇ ਆਉਂਦੀ ਹੈ ਜੀ ਝੋਨੇ ਵਾਲਾ ਹੀ ਸਾਰਾ ਵਾਹਣ ਆਪਣਾ ਨਹਿਰ ਦੇ ਨਾਲ ਹੀ ਹੈ ਇੱਕੋ ਟੱਕ ਹੈ। ਕਹਿੰਦੇ ਕਹਾਉਂਦੇ ਆ ਚਾਚਾ ਜੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਧੀ ਆਪਣੀ ਰਾਜ ਕਰੂਗੀ ਇੱਥੇ। ਉਹ ਤੁਸੀਂ ਟੈਨਸ਼ਨ ਨਾ ਲਓ ਜੀ ਇਹੋ ਜਿਹੀ ਗੱਲ ਨਹੀਂ ਹੈਗੀ ਕੋਈ ਆਪਦੀ ਧੀ ਬਣਾ ਕੇ ਰੱਖਾਂਗੇ ਹੈ ਨਾ। ਅਤੇ ਬਾਕੀ ਤੁਸੀਂ ਪਤਾ ਹੀ ਹੈ ਤੁਹਾਨੂੰ ਵੀ ਅੱਜ ਕੱਲ੍ਹ ਹੁਣ ਜਿਵੇਂ ਚੱਲਦਾ ਆਮ ਤੌਰ 'ਤੇ ਕਿੱਲੇ ਦਾ 1,00,000 ਰੁਪਈਆ ਤਾਂ ਚੱਲਦਾ ਹੀ ਹੈ ਪਤਾ ਹੀ ਹੈ ਜਿਵੇਂ। ਅਤੇ ਬਾਕੀ ਤਾਂ ਅਗਲੇ ਨੇ ਆਪਦੀ ਧੀ ਨੂੰ ਦੇਣਾ ਹੁੰਦਾ ਹੁਣ ਦੇਖੋ ਵੀ ਰੋਟੀ ਪਾਣੀ ਵੀ ਬਸ ਬਰਾਤ ਦੀ ਸੇਵਾ ਕਰ ਦਿਓ। ਅਤੇ ਇੱਕ ਗੱਲ ਹੋਰ ਜੀ ਵੀ ਸ਼ਰਾਬ ਅਤੇ ਮੀਟ ਲਾਜ਼ਮੀ ਚਾਹੀਦਾ ਹੋਊਗਾ ਸਾਨੂੰ। ਉਹ ਪਹਿਲਾਂ ਦੱਸਿਆ ਠੀਕ ਹੈ ਬਾਅਦ 'ਚੋਂ ਫਿਰ ਗੱਲ 'ਚ ਫਰਕ ਪੈਂਦਾ ਵੀ ਸ਼ਰਾਬ ਅਤੇ ਮੀਟ ਲਾਜ਼ਮੀ ਚਾਹੀਦਾ। ਤੇ ਦੋ ਪ੍ਰਾਹੁਣੇ ਆਪਣੇ ਉਹਨਾਂ ਦੀ ਵੀ ਉਂਗਲ ਜੀ ਪੀਲੀ ਕਰ ਦਿਓ ਤਾਂ ਬੜੀ ਵਧੀਆ ਗੱਲ ਹੈ। ਕੋਈ ਨਾ ਚਾਚਾ ਮੈਂ ਬੈਠਾ ਕਾਹਨੂੰ ਉਹ ਕਰੀਏ ਨਾ ਕਰ ਲਾਂਗੇ ਆਪੀ। ਬਸ 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 ਫਿਰ ਠੀਕ ਹੈ ਆਪਾਂ ਨੂੰ ਮਨਜ਼ੂਰ ਹੈ ਬਾਕੀ ਤੁਸੀਂ ਦੇਖ ਲਓ ਆਪਦਾ ਹਨਾ ਵੀ ਆਪਣੀ ਇਹ ਗੱਲ ਸੀਗੀ ਜਿਹੜੀ ਤੁਹਾਨੂੰ ਦੱਸਦੀ ਮੈਂ। ਕੋਈ ਮੁੰਡਾ ਤਾਂ ਨਹੀਂ ਨਸ਼ਾ ਪਤਾ ਕਰਦਾ ਹੈ ਜੀ? ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਿਓ ਜੀ ਆਪਣਾ ਨਾਂ ਲੈ ਕੇ ਜਿੱਥੋਂ ਮਰਜ਼ੀ ਪੁੱਛ ਸਕਦੇ ਹੋ ਨਸ਼ੇ ਦੀ ਆਪਣੀ ਜ਼ਿੰਮੇਵਾਰੀ ਹੋਊਗੀ। ਦੇਖੋ ਜੀ ਲੈਣ ਦੇਣ ਤਾਂ ਵੱਖਰੀ ਗੱਲ ਹੈ ਵੀ ਧੀਆਂ ਨੂੰ ਹਰ ਕੋਈ ਦਿੰਦਾ ਹੀ ਹੈ ਬਸ ਵੀ ਪਿੱਛੋਂ ਸੌਖੀ ਰਹੇ ਇਹ ਗੱਲ ਜ਼ਰੂਰੀ ਹੈ ਜੀ। ਉਹ ਗੱਲ ਨਾ ਹੋਵੇ ਵੀ ਲੈਣ ਦੇਣ ਨਾ ਲਓ ਜੀ ਤੁਸੀਂ ਨਸ਼ੇ ਪਤੇ ਦੀ ਟੈਨਸ਼ਨ ਨਾ ਲਓ 1% ਵੀ ਠੀਕ ਹੈ ਬਾਕੀ ਜਿਹੜੀ ਗੱਲ ਸੀਗੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ। ਹਾਂ ਚਾਚਾ ਉਹ ਤਾਂ ਪਤਾ। ਹਾਂ ਬਾਕੀ ਤੁਸੀਂ ਦੱਸ ਦਿਓ ਕੋਈ ਗੱਲ ਨਹੀਂ। ਚਲ ਚਾਚਾ ਅਸੀਂ ਕਰਦੇ ਹਾਂ। ਹਾਂ ਹਾਂ ਆ ਗਏ ਅਸੀਂ। ਕੋਈ ਕੋਈ ਗੱਲ ਨਹੀਂ ਕਰੋ ਬਾਈ ਕਰਨੀ ਹੈ ਬਾਈ ਫਿਰ ਵੀ ਧੀ ਦੇਣੀ ਹੈ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਰਹਿ ਤਾਂ ਕਰਨੀ ਹੁੰਦੀ ਹੈ। ਲੱਗਦਾ ਕਰਮਾ ਕਰੂਗਾ ਫਿੱਟ ਕੰਮ ਲਿਆਇਆ ਤਾਂ। ਕੀ ਕਹਿੰਦੇ ਪਾਪਾ? ਕਹਿਣਾ ਕੀ ਹੈ ਪੁੱਤਰ ਐ ਕਰਨ ਗਏ ਮੈਂ ਦੱਸਦਾ ਵੀ ਸਾਨੂੰ 1,00,000 ਰੁਪਈਆ ਤੇ ਬਾਕੀ ਸ਼ਰਾਬ ਸ਼ਰੂਬ ਤੇ ਮੀਟ ਮੂਟ ਤੈਨੂੰ ਪਤਾ ਹੀ ਜਿਹੜਾ ਚੱਲਦਾ ਹੁੰਦਾ। ਬਾਬਾ ਬਾ ਪਾਪਾ ਬਾਲੇ ਪੈਸੇ ਮੰਗਲੇ ਯਾਰ ਤੂੰ ਤਾਂ ਯਾਰ। ਓਏ ਨਹੀਂ ਨਹੀਂ ਤੈਨੂੰ ਵੀ ਪਤਾ ਹੈ ਯਾਰ ਉਹ ਤੂੰ ਹੁਣ ਮੇਰਾ ਪਿਆਉਣਾ ਬਣ ਜਾ ਤੂੰ ਮੈਂ ਆਪੇ ਕਰ ਲੂੰਗਾ। ਤੂੰ ਬਸ ਤੂੰ ਵਗ ਜਾ ਮੈਂ ਜਬੜੀ ਨਾ ਮਰੀ ਇੱਥੇ ਆ ਕੇ ਵਗ ਜਾ ਤੂੰ ਮੈਂ ਆਪੇ ਦੇਖ ਲੂੰਗਾ ਆਪੇ ਕਰ ਲੂੰਗਾ ਗੱਲ ਕੀ ਹੋਊਗੀ। ਕਰਮਿਆ ਇਹ ਤਾਂ ਆਪਣੀ ਗੁੰਜਾਇਸ਼ ਤੋਂ ਬਾਹਰ ਹੈ ਭਾਈ ਇੰਨੇ ਪੈਸੇ ਕਿੱਥੋਂ ਲਾਵਾਂਗੇ। ਉਹ ਹੁਣ ਇੰਨੇ ਕੁ ਤਾਂ ਕਰਨੇ ਪੈਣਗੇ ਆਪਾਂ ਨੂੰ
ਘਰ ਬਾਰ ਵੀ ਚੰਗਾ ਕੋਠੀ ਵਰਗਾ ਘਰ ਪਾਈ ਫਿਰਦੇ ਆ ਐਡਾ ਸੋਹਣਾ ਘਰ ਬਾਰ ਚੰਗੀ ਜ਼ਮੀਨ ਹੈ ਉਹ ਕਰ ਮੈਂ ਇਹਨਾਂ ਨਾਲ ਮੇਲ ਕੀ ਆਪਣਾ ਇਹ ਤਾਂ ਐਡੇ ਤਕੜੇ ਘਰੋਂ ਆ ਯਾਰ ਆਪਣੇ ਕੋਲੇ ਕੀ ਰਾਜ ਕਰੂਗੀ ਆਪਣੀ ਰਾਜ ਸਮਝਿਆ ਕਰ ਤੂੰ ਥੋੜਾ ਬਹੁਤਾ ਆਸਾ ਪਾਸਾ ਕਰਕੇ ਕਰ ਦਿੰਦੇ ਆ ਕੋਈ ਆਸੇ ਪਾਸਿਓਂ ਪਤਾ ਕਰ ਲਈਏ ਇਹਨਾਂ ਦਾ ਹਜੇ ਵੀ ਯਾਰ ਕੋਈ ਕਿਤੇ ਕੁਝ ਕੁੜੀ ਸਿੱਟ ਦੀ ਗਏ ਇਕੱਲਾ ਘਰ ਬਾਰ ਨਾ ਦੇਖ ਲਈਏ ਉਹ ਮੇਰੀ ਗਰੰਟੀ ਹੈ ਚੰਗੇ 10 ਕਿੱਲੇ ਵਧੀਆ ਆਰਾਮਦਾਰੀ ਨਾਲ ਆ ਗਏ ਆ ਆਪਦੀ ਪੈਲੀ ਆ ਕੋਈ ਠੇਕੇ ਤੇ ਨਹੀਂ ਠੇਕੇ ਤੇ ਵੀ ਚੱਲ ਲੈ ਲੈਂਦੇ ਕਰ ਮੈਂ ਤੇਰੇ ਕਹਿਣ ਤੇ ਭਾਈ ਮੈਂ ਕਰਤਾ ਦਿੰਦਾ ਠੀਕ ਹੈ ਪਰ ਤੂੰ ਐਂ ਕਰ ਇਹਨਾਂ ਨੂੰ ਜਿਹੜਾ ਇਹ 10 ਲੱਖ ਕਹਿੰਦੇ ਆ ਉਹ ਮਾੜਾ ਮੋਟਾ ਘੱਟ ਕਰਵਾ ਮੇਰੀ ਐਡੀ ਗੁੰਜਾਇਸ਼ ਨਹੀਂ ਹੈ ਉਹੀ ਨਾ ਮੈਂ ਕਰਦਾ ਫਿਰ ਤੂੰ ਗੱਲ ਕਰਿਆ ਕਰ ਲਾ ਭਾਈ ਨਾਲ ਭਾਈ ਫਿਰ ਆਪਾਂ ਉਹ ਹਿਸਾਬ ਨਾਲ ਕਰ ਲਾਂਗੇ ਕੋਈ ਹਨਾ ਬੰਨ ਸੁੱਭ ਜਿਵੇਂ ਬਣਦਾ ਹੋਇਆ ਨਹੀਂ ਭਾਈ ਮੇਰੀ ਐਡੀ ਗੁੰਜਾਇਸ਼ ਨਹੀਂ ਹੋਣੀ ਵੀਰ ਜੀ ਅਗਲਾ ਨਹੀਂ ਘੱਟਦਾ ਤਾਂ ਮੈਥੋਂ ਨਹੀਂ ਦਿੱਤੇ ਜਾਣ ਨਾ ਨਾ ਉਹ ਤਾਂ ਕੋਈ ਚੱਕਰ ਨਹੀਂ ਚੱਲ ਫਿਰ ਚੱਲ ਚੱਲ ਫਿਰ ਆਪਾਂ ਕਰਦੇ ਹਾਂ ਗੱਲ ਹਾਂ ਚੱਲ ਫਿਰ ਰਹਿ ਕਰ ਲਾ ਚੱਲ ਕੇ ਆਗੇ ਫਿਰ ਹੋ ਗਈ ਰਹਿ ਹਾਂ ਚਾਚਾ ਹੋ ਗਈ ਰਹਿ ਦੇਖ ਚਾਚਾ ਸ਼ਰਤਾਂ ਤਾਂ ਤੇਰੀਆਂ ਸਾਰੀਆਂ ਮਨਜ਼ੂਰ ਠੀਕ ਹੈ ਬਸ ਮਾੜਾ ਮੋਟਾ ਜਿਹੜਾ ਤੁਸੀਂ ਮੰਗਿਆ ਹਨਾ ਦੇਣ ਲੈਣ ਦੇ ਵਿੱਚ ਥੋੜ੍ਹਾ ਬਹੁਤ ਉੱਤੇ ਨੀਵੇਂ ਕਰ ਲਓ ਆਪਾਂ ਕੁੜੀਆਂ ਦਾ ਵਿਆਹ ਨਾ ਰੁਪਈਏ ਜੀ ਤੇ ਮੁੰਡੇ ਵਾਲਾ ਤਾਂ ਆਹ ਨਾ ਉਹਨੇ ਜਮਾਂ ਵਿਚੋਲੇ ਨੇ ਨਜ਼ਾਰਾ ਹੀ ਲਿਆ ਤਾ ਸੱਚੀ ਕਹਿੰਦਾ ਸੀ ਵੀ ਮੈਂ ਤੁਹਾਡੇ ਪਿੰਡ ਦੇ ਮੁੰਡੇ ਵਿਆਹੇ ਹੈ ਆਪ ਤਾਂ ਚੱਲ ਭਲਾ ਛੜਾ ਛੜਾ ਤਾਂ ਜਿਵੇਂ ਹੈਗਾ ਹੈਗਾ ਪਰ ਮੇਰੇ ਮੁੰਡੇ ਦਾ ਵਧੀਆ ਸੈੱਟ ਕਰਤਾ ਇਹੀ ਹੈ ਚੱਲ ਤੇਰੇ ਪਹਿਲਾਂ ਵਾਲੇ ਪਏ ਮੈਂ ਦੇਖ ਕੇ ਦੱਸ ਦਾ ਤੈਨੂੰ ਹੈ ਤਾਂ ਹੈਗੇ ਸੇਠ ਜੀ ਕੀ ਕਰਕੇ ਧੀ ਦਾ ਵਿਆਹ ਕਰਨਾ 4-5 ਲੱਖ ਦੇਣਾ ਤੂੰ ਪਹਿਲਾਂ ਆ ਕਦੋਂ ਲੋੜੇਗਾ ਦੇਵਾਂਗੇ ਸੇਠ ਜੀ ਹੁਣ ਧੀ ਦਾ ਵਿਆਹ ਕਰਨਾ ਜੀ ਕੋਈ ਹੱਲ ਹੀ ਨਹੀਂ ਹੈਗਾ ਕਰਨਾ ਹੀ ਪਊਗਾ ਤੁਸੀਂ ਇੱਕ ਸਹਾਰਾ ਮੈਨੂੰ ਹੋਰ ਮੇਰੇ ਕੋਲ ਤਾਂ ਕੋਈ ਹੱਲ ਹੀ ਨਹੀਂ ਹੈਗਾ ਚਲ ਫਿਰ ਕਿਵੇਂ ਮੋੜੇਗਾ ਵਾਪਸ ਕਰਾਂਗੇ ਜੀ ਕੋਈ ਹੀਲਾ ਵਸੀਲਾ ਫਸਲ ਵਾੜੀ ਵੇਚ ਕੇ ਕੁਝ ਨਾ ਕੁਛ ਆਸੇ ਪਾਸੋਂ ਕਰੂੰਗਾ ਕੋਈ ਲੋਨ ਲੂਨ ਲੈ ਕੇ ਹੋਰ ਤਾਂ ਹੱਲ ਨਹੀਂ ਕਿੰਨੇ ਚਾਹੀਦੇ ਆ ਤੁਹਾਨੂੰ 10 ਕੁ ਲੱਖ ਰੁਪਈਆ ਤਾਂ ਜੀ ਮੋਟਾ ਮੋਟਾ ਹੀ ਚਾਹੀਦਾ ਅਗਲੇ ਨੇ ਮੰਗ ਰੱਖੀ ਹੈ ਕੁਛ ਖਰਚਾ ਵੀ ਆ ਜੂਗਾ 11-12 ਲੱਖ ਰੁਪਈਆ ਤਾਂ ਚਾਹੀਦਾ ਹੀ ਹੈ ਚੱਲ ਵੀਰੇ ਕੁਛ ਜੇ ਤੂੰ ਗਹਿਣੇ ਉਹਨੇ ਧਰ ਦੇਗਾ ਜ਼ਮੀਨ ਜ਼ਮੂਨ ਫਿਰ ਤਾਂ ਚੱਲ ਮੈਂ ਤੈਨੂੰ ਦੇ ਸਕਦਾ ਹੈ ਇਹ ਤਾਂ ਮੈਂ ਵੀ ਕਿਵੇਂ ਦਊਂਗਾ ਕਰਨਾ ਹੀ ਪਊਗਾ ਸੇਠ ਜੀ ਮੈਂ ਜ਼ਮੀਨ ਗਹਿਣੇ ਕਰ ਦੂੰਗਾ ਫਿਰ ਹੋਰ ਤਾਂ ਕੋਈ ਹੱਲ ਨਹੀਂ ਹੈ ਮੇਰੇ ਕੋਲ ਹਾਂ ਕੱਲ੍ਹ ਜ਼ਮੀਨ ਦੇ ਕਾਗਜ਼ ਲੈ ਆਈ ਗਹਿਣੇ ਕਰਕੇ ਫਿਰ ਮੈਂ ਤੈਨੂੰ ਕੱਲ੍ਹ ਦੇਖਦਾ ਚਲੋ ਠੀਕ ਹੈ ਜੀ ਮੈਂ ਕੱਲ੍ਹ ਨੂੰ ਕਾਗਜ਼ ਲੈ ਆਊਂਗਾ ਅਤੇ ਤੁਸੀਂ ਮੇਰਾ ਪੈਸਿਆਂ ਦਾ ਹੱਲ ਕਰਕੇ ਰੱਖ ਦਿਓ ਹਾਂ ਕੋਈ ਨਹੀਂ ਕੱਲ੍ਹ ਆ ਠੀਕ ਹੈ ਸੇਠ ਜੀ ਹਾਂ ਠੀਕ ਹੈ ਠੀਕ ਹੈ ਚੱਲ ਗਰੀਬ ਬੰਦਾ ਵੀ ਕੀ ਕਰੇ ਧੀ ਖਾਤਰ ਸਭ ਕੁਛ ਕਰਨਾ ਪੈਂਦਾ ਇਸ ਤੋਂ ਬਾਅਦ ਕਿਰਪਾਲ ਸਿੰਘ ਸੇਠ ਤੋਂ ਕਰਜ਼ਾ ਚੱਕ ਕੇ ਆਪਣੀ ਧੀ ਦਾ ਵਿਆਹ ਕਰ ਦਿੰਦਾ ਹੈ ਵਿਆਹ ਤੋਂ ਬਾਅਦ ਜਗਦੇਵ ਸਿੰਘ ਦੇ ਘਰ ਦਾ ਸੀਨ
ਕਰ ਦਵਾ ਦੇ ਕਾਰ ਕੀ ਕਰਨੀ ਆ ਤੂੰ ਉਹ ਜਾਣ ਕਰਨੀ ਔਖੇ ਹੁੰਦੇ ਆ ਯਾਰ ਓਏ ਨਹੀਂ ਨਹੀਂ ਪੁੱਤ ਜ਼ਮੀਨ ਲਵਾਂਗੇ ਆਪਾਂ ਕਾਰ ਦਾ ਕੀ ਹੈਗਾ ਤੁਸੀਂ ਮੋਟਰਸਾਈਕਲ ਹੈਗਾ ਮੋਟਰਸਾਈਕਲ ਤੇ ਵਗ ਜਾਇਆ ਕਰੋ ਦੋਨੇ ਜੀ ਚੜ ਕੇ ਠੀਕ ਹੈ ਕੋਈ ਬਾਲੀ ਦੂਰ ਨਹੀਂ ਜਾਣਾ ਹੁੰਦਾ ਤੁਸੀਂ ਮੋਟਰਸਾਈਕਲ ਲੈ ਜਾਓ ਦਾਜ ਵਾਲੇ ਪੈਸੇ ਜੀ ਦਵਾ ਦੇ ਜਿਹੜੇ ਉਹਨਾਂ ਨੇ ਧੀ ਨੂੰ ਦਿੱਤੇ ਆਪਦੀ ਨੂੰ ਉਹ ਤਾਂ ਤੂੰ ਕਹਿੰਦਾ ਸੀ ਅਗਲੇ ਨੇ ਆਪਦੀ ਧੀ ਨੂੰ ਦੇਣੇ ਹੁਣ ਉਹਨਾਂ ਪੈਸਿਆਂ 'ਚ ਹੀ ਦਵਾ ਜ਼ਮੀਨ ਵੀ ਤੁਹਾਡੇ ਵਾਸਤੇ ਹੀ ਖਰੀਦਦਾ ਕੋਈ ਮੈਂ ਨਾਲ ਲੈ ਕੇ ਜਾਣੀ ਕਿ ਇੱਕ ਤੇ ਧਰ ਕੇ ਲੈ ਜਾਊਂਗਾ ਮੈਂ ਤੁਹਾਡੇ ਵਾਸਤੇ ਹੀ ਖਰੀਦਦਾ ਤੁਹਾਡੇ ਨਾਲ ਹੀ ਕਰਾਊਂਗਾ ਉਹ ਤੁਹਾਡਾ ਹੀ ਕੋਈ ਫਾਇਦਾ ਹੋਊਗਾ ਗੱਡੀਆਂ ਭਾਲ ਦਿਆ ਤੂੰ ਤੂੰ ਵਗ ਜਾ ਯਾਰ ਮੇਰੇ ਨਾਲ ਜਵਾਨ ਨਾਲ ਲੜਾਈ ਜਾਂਦਾ ਐਵੇਂ ਤੂੰ ਬੈਠਾ ਕਾਰਾਂ ਅੱਜ ਇਹਨੂੰ ਕਾਰਾਂ ਚਾਹੀਦੀਆਂ ਹੈਗੀਆਂ ਅਸੀਂ ਤਾਂ ਗੱਡਿਆਂ ਦੇ ਕੱਢਤੀ ਸਾਰੀ ਉਮਰ ਮੋਟਰਸਾਈਕਲ ਲਿਆ ਕਰੋ ਮੋਟਰਸਾਈਕਲ ਲਿਆ ਤੂੰ ਮੋਟਰਸਾਈਕਲ ਲਿਆ ਕਰੋ ਤੂੰ ਮਰਤਾ ਸਹੀ ਕਾਰ ਤਾਂ ਦੋ ਤੂੰ ਵਗ ਜਾ ਤੂੰ ਬੜਾ ਬੋਲਦਾ ਇਹ ਤੇ ਇੱਧਰ ਕਿਰਪਾਲ ਤੋਂ ਕਰਜ਼ਾ ਨਹੀਂ ਲੈਂਦਾ ਅਤੇ ਫਸਲ ਖਰਾਬ ਹੋ ਜਾਂਦੀ ਹੈ ਲੈ ਹੁਣ ਫੇਰ ਪੈ ਗਈ ਨਰਮੇ ਨੂੰ ਸੁੰਡੀ ਇੱਕੋ ਆਸ ਸੀ ਵੀ ਕੋਈ ਪੂਰਾ ਕਰਜ਼ਾ ਲਾਹਾਂਗੇ ਗਹਿਣੇ ਪਈ ਆ ਜ਼ਮੀਨ ਛੜਾਵਾਂਗੇ ਇਹਨੂੰ ਕਿਸੇ ਹੀਲਾ ਵਸੀਲਾ ਕਰਕੇ ਕਰਜ਼ਾ ਪਹਿਲਾਂ ਨਾਲ ਨਹੀਂ ਲਿਆ ਐਤਕੀ ਫਸਲ ਦਾ ਹੋਰ ਕਰਜ਼ਾ ਚੜ ਗਿਆ ਜਮਾਂ ਮਾਰਤੇ ਹੋਰ ਬਹੁ ਮਾਰਤੇ ਜਮਾਂ ਕੋਈ ਆਸਰਾ ਨਹੀਂ ਹੁਣ ਕੀ ਕਰੂਗਾ ਦਸ ਕਿਸਾਨ ਕਿਸਾਨ ਇੱਥੇ ਮਾਰਤੇ ਰੱਬਾ ਇੱਕ ਆਸ ਸੀ ਜਿਹੜੀ ਉਹ ਵੀ ਖਤਮ ਕਰਤੀ ਕਿਵੇਂ ਹੁਣ ਕਰਜ਼ਾ ਲਾਹਾਂਗੇ ਜ਼ਮੀਨ ਛੜਾਈ ਨਹੀਂ ਜਾਣੀ ਐਂ ਤਾਂ ਕਹਿਣਾ ਹੱਲ ਵੀ ਹੋਰ ਕੋਈ ਨਹੀਂ ਹੈਗਾ ਮਨਾ ਹੁਣ ਤਾਂ ਇੱਕੋ ਹੀ ਹੱਲ ਹੈ ਤਾਂ ਫਾਹਾ ਹੀ ਹੱਲ ਆਪਣੇ ਕੋਲ ਹੋਰ ਕੁਛ ਨਹੀਂ ਕਰ ਸਕਦੇ ਕੁਛ ਨਹੀਂ ਕਰ ਸਕਦੇ ਹੋਰ ਇੱਕ ਹੋਰ ਕਿਸਾਨ ਚੜ੍ਹਿਆ ਕਰਜ਼ੇ ਦੀ ਬਲੀ ਹੁਣ ਇਸ ਮੌਤ ਦਾ ਕੌਣ ਹੈ ਜ਼ਿੰਮੇਵਾਰ ਜਦੋਂ ਕਿ ਆਪਣੀ ਧੀ ਦੇ ਵਿਆਹ ਲਈ ਇੱਕ ਪਿਓ ਕਰਜ਼ਾ ਚੁੱਕਦਾ ਜ਼ਮੀਨ ਗਹਿਣੇ ਧਰਦਾ ਉਸ ਤੋਂ ਬਾਅਦ ਸਰਕਾਰਾਂ ਦੀ ਨਲਾਇਕੀ ਕਰਕੇ ਜਿਹੜੀ ਆ ਨਵੀਂ ਬਿਮਾਰੀ ਨਰਮੇ ਨੂੰ ਸੁੰਡੀ ਫਸਲ ਤਬਾਹ ਹੋਈ ਹੈ ਇਸੇ ਕਾਰਨ ਕਰਕੇ ਇੱਕ ਕਿਸਾਨ ਜਦੋਂ ਕਰਜ਼ਾ ਨਹੀਂ ਮੋੜ ਪਾਉਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਫਾਹਾ ਲੈ ਲੈਂਦਾ ਇਸ ਮੌਤ ਦਾ ਜ਼ਿੰਮੇਵਾਰ ਕੌਣ ਹੈ ਪਹਿਲਾ ਜ਼ਿੰਮੇਵਾਰ ਉਹ ਹੈ ਜਿਹੜਾ ਇੰਨੇ ਲਾਲਚ ਵਿੱਚ ਆ ਕੇ ਆਪਣੇ ਮੁੰਡੇ ਨੂੰ ਵੇਚਦਾ ਦੂਸਰਾ ਜ਼ਿੰਮੇਵਾਰ ਹੈ ਸਰਕਾਰ ਕਿਉਂਕਿ ਕਿਸਾਨ ਨੂੰ ਇੱਕ ਆਸ ਹੁੰਦੀ ਹੈ ਕਿ ਮੈਂ 5-10 ਕਿੱਲੇ ਪੈਲੀ ਬੀਜੀ ਹੈ ਇਹਦੇ ਵਿੱਚੋਂ ਇੰਨੀ ਕੁ ਮੈਨੂੰ ਮੁਨਾਫਾ ਹੋਣਾ ਇੰਨਾ ਕੁ ਮੇਰਾ ਖਰਚਾ ਹੋਣਾ ਪਰ ਜਦੋਂ ਖਰਚਾ ਹੀ ਖਰਚਾ ਹੋ ਜਾਂਦਾ ਤਾਂ ਮੁਨਾਫਾ ਹੁੰਦਾ ਹੀ ਨਹੀਂ ਲੈਤਾ ਹੋਇਆ ਕਰਜ਼ਾ ਵਾਪਸ ਨਹੀਂ ਆਉਂਦਾ ਅਤੇ ਫਿਰ ਉਹ ਕਿਵੇਂ ਵਾਪਸ ਕਰੇ ਸਰਕਾਰ ਜ਼ਿੰਮੇਵਾਰ ਹੈ ਦਾਜੀ ਲੋਭੀ ਲੋਕ ਜ਼ਿੰਮੇਵਾਰ ਹੈ ਅਸੀਂ ਇਸ ਵੀਡੀਓ ਵਿੱਚ ਇਹੀ ਸੰਕੇਤ ਦੇਣ ਦਾ ਯਤਨ ਕੀਤਾ ਜੇ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ